ਜੀ ਤੇ ਕਰਨੇ ਆਪਣੀ ਸ਼ਾਪਿੰਗ ਨਾ ਆਗਾਜ਼ ਈਦ ਦੇਵੇਂ ਤੇ ਮੈਂ ਆਈਆਂ ਰਾਜਾ ਬਾਜ਼ਾਰ ਰਾਜਾ ਬਾਜ਼ਾਰ ਸੂਟ ਲੈਣੇ ਸਤੇ ਆਈਆਂ ਤੇ ਮੈਂ ਸੋਚਿਆ ਕਿ ਇਹ ਪੀਲਾ ਸੂਟ ਪਹਿਲੇ ਤੱਕਾਂ ਇਸੇ ਉੱਪਰ ਤਾਰੇ ਮੇਰੇ ਮਨ ਚਮਕਣ ਚਮਕਣ ਨਜ਼ਰ ਆਏ ਲੇਕਿਨ ਐ ਨਹੀਂ ਸੀ ਕੋਈ ਖਾਸ ਫਿਰ ਮੈਂ ਸੋਚਿਆ ਕਿ ਜ਼ਰਾ ਹੋਰ ਸੂਟ ਤੱਕਾਂ ਇਸ ਪਈਏ ਨੂੰ ਮੈਂ ਕਿੱਥੇ ਤੱਕਾਂ ਤੇ ਮਰੂਨ ਸੂਟ ਫਟਫਟ ਅੱਗੇ ਕੱਢਿਆ ਕਹਿੰਦਾ ਤੱਕੂ ਕੁਆਲਟੀ ਸ਼ਵਾਲਟੀ ਬਿਆਨ ਕਿਤੀ ਵਧੀਆ ਤੱਕਾ ਰੇ ਅੱਗੇ ਕਹਿੰਦਾ ਕਿ ਇੰਜਵੇਂ 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 ਮੈਂ ਕਹਿੰਨਾ ਭਾਈ ਔਰ ਕੋਈ ਵਧੀਆ ਕੰਮ ਤੱਕਾਂ ਜੀ ਫਿਰ ਇੱਕ ਹੋਰ ਦੁਕਾਨ ਲੰਗਾ ਨੀਲਾ ਸੂਟ ਖੋਲਣ ਲੰਗਾ ਸੀ ਕੋਈ ਨਹੀਂ ਮੇਰੇ ਕੋਲ ਇਤਨੀ ਜਲਦੀ ਤੂੰ ਕਰਨਾਵੇਂ ਤੇ ਤੇਰੇ ਨਾਲ ਨਾਲ ਟਾਈਮ ਮੇਰੇ ਕੋਲ ਕੋਈ ਨਹੀਂ ਔਰ ਰੁੱਕੀ ਕਿ ਅੱਗੇ ਪਿੱਛੇ ਤੱਕ ਲੰਗਾ ਭਾਈ ਮੇਰੀ ਤਰਫ ਤੱਕ ਐ ਫਿਰ ਇਸ ਨੀਲਾ ਸੂਟ ਖੋਲਿਆ ਨੀਲਾ ਸੂਟ ਜੀ ਤੂੰ ਖੋਲਣ ਲੰਗਾ ਸੀ ਤੇ ਬਾਜੂ ਫਿਰ ਸਟੈਨਲ ਮੰਤ ਕਾਇਮ ਹੈ ਕਿ ਚੱਲ ਠੀਕ ਹੈ ਸਟੈਨਲ ਨਾ ਤੇ ਤਤਕਾਰ ਰਿਹਾ ਮੇਰੀ ਸ਼ਕਲ ਤੁਸਾਂ ਨੂੰ ਥੋੜੀ ਬਹੁਤ ਅੱਗੇ ਨਜ਼ਰ ਆ ਰਹੀ ਸੀ ਨਜ਼ਰ ਸ਼ੋਰੇ ਸ਼ਕਲ ਆਈ ਪਿੱਛੇ ਮੇਰੀ ਭੈਣ ਬਣਾ ਰਹੀ ਸੀ ਵੀਡੀਓ ਤੇ ਮਨੂੰ ਮੈਂ ਕਹਿ ਰਹੀ ਕਿ ਭੈਣ ਤੇ ਤੂੰ ਮੇਰੀ ਵੀਡੀਓ ਬਣਾ ਰਹੀ ਹੈ ਲੇਕਿਨ ਛੋਟੀ ਵੀ ਤਾਂ ਨਾਲ ਨਾਲ ਬਣਾ ਔਰ ਛੋਟਾ ਤੇ ਮਾਰੀ ਜਾ ਰਹੀ ਅੱ જરા ધ્યાન ਨਾਲ پکڑ ਤੇ ਮੈਂ ਅੱਗੇ ਬਣਾਨੀਆਂ ਸੂਟ ਤੱਕੀਆਂ ਸੂਟ ਜ਼ਰਾ ਮੈਂ ਸ਼ਾਪਿੰਗ ਵਗੈਰਾ ਸੇ ਖਰੀਦਨੀ ਸੀ ਸ਼ਾਪਿੰਗ ਐਪ ਯਾ ਅੱਗੇ ਪਤਾ ਨਹੀਂ ਕਿਉਂ ਆਸਰੇ ਸੀ ਕਿਸ ਗੱਲ ਤੇ ਸੋਸਾ ਆ ਗਿਆ ਮੈਂ ਕਿਹ ਵਾਲੀ ਫਰਾਕਾਂ ਸੇ ਪਹਿਲੇ ਮੇਰੇ ਸੇ ਨਿਕਾਲਨਾ ਐ ਤਿੰਨ ਚਾਰ ਫਰਾਕਾਂ ਉਸਮਨੋਂ ਨੁਕਾਲੀਆਂ ਮੈਂ ਕਿ ਐ ਚੱਲ ਠੀਕ ਐ ਇਹ ਯੈਲੋਲੀ ਫਰਾਕ ਮਨੂੰ ਪਸੰਦ ਤੇ ਆਈ ਲੇਕਿਨ ਇਸਨਾ ਕਪੜਾ ਮਨੂੰ ਕੁਛ ਖਾਸ ਸੇ ਇਸੀ ਖਾਸ ਸੇ ਚਲੋ guzara ਲੈ ਕੇ ਐ ਵੀ ਵਾਲੀ ਵੀ ਮੈਂ ਲੈ ਲਈ ਤੀ ਫਿਰ ਐ ਵਾਲੀ ਮੈਂ ਕਿ ਹਾਂ ਐ ਵਾਲੀ ਸੇ ਹੀ ਲਈਏ ਮੈਂ ਕਿ ਐ ਵਾਲੀ ਵੀ ਮਨ ਦੇਈ ਦੋ ਫਿਰ ਮੈਂ ਉਸਨੂੰ ਕਹੇ ਇੱਕ ਹੋਰ ਤੱਕ ਐ ਭਈਆ ਬੰਨ ਥੱਕ ਗਿਆ ਪਹਿਲੇ ਸੋ ਤੁਸੀਂ ਥੋੜਾ ਜਿਹਾ ਮਸਕਾ ਲਾਇਆ ਮੈਂ ਕਿਹਾ ਭਾਈ ਤੂੰ ਸਹੀ ਸਹੀ ਸੂਟ ਤਾਂ ਕਾ ਤੇ ਮੈਂ ਲੈਣੇ ਮਨ ਸੂਟ ਜ਼ਿਆਦਾ ਕਿਉਂਕਿ ਬਾਰ ਬਾਰ ਮੇਰੇ ਕੋਲ ਆਣ ਨਹੀਂ ਹੋਣਗੇ ਐ ਵੀ ਸੂਟ ਤਾਂ ਕਾ ਲਾਂਗਾ ਸੀ ਮਨੂੰ ਜਲਦੀ ਜਲਦੀ ਫਿਰ ਇਸ ਨੂੰ ਮੈਂ ਕਿਹਾ ਕਿ ਅੱਛਾ ਚਲੋ ਹੋਰ ਸੂਟ ਤਾਂ ਕਾ ਮੈਂ ਹੋਰ ਸੂਟ ਤੱਕ ਲੰਗੀ ਸਾਂ ਤੇ ਫਿਰ ਇਸ ਨੇ ਥੋੜਾ ਥੋੜਾ ਸਲੋ ਮੋਸ਼ਨ ਹੋ ਗਿਆ ਸੀ ਅੱਗੇ ਕਹਿਣਾ ਕਿ ਹੁਣ ਮੈਂ ਕੀ ਕਰਾਂ ਹੁਣ ਮੈਂ ਕਿਹਾ ਅੱਛਾ ਸੂਟ ਥੱਲੇ ਵੀ ਰੱਖ ਅਭੀ ਆਪ ਕੋ ਭਾਈ ਹੋਰ ਕੁਆਲਿਟੀ ਦਿਖਾਤੇ ਹਾਂ ਫਿਰ ਮਨੂੰ ਕਹਿ ਲੰਗਾ ਬਾਜੀ ਆਪ ਹੋਰ ਕੁਆਲਿਟੀ ਦਿਖਾਤੇ ਹਾਂ ਅੱਛੇ ਸੂਟ ਆਪ ਕੋ ਦਿਖਾਏਗੇ ਮੈਂ ਕਿਹਾ ਚੱਲ ਫਿਰ ਭਰਾਵਾ ਤੱਕਾ ਐ ਫਿਰ ਕਹਿੰਦਾ ਕਿ ਤੱਕ ਫਿਰ ਮੈਂ ਟਿਕਾ ਲਾਂਗਾ ਸੀ ਸੂਟ ਮੈਂ ਕਿਹਾ ਜਲਦੀ ਜਲਦੀ ਕਰੋ ਨਾ ਭਾਈ ਸਾਹਿਬ ਆਪ ਜਲਦੀ ਕੀ ਕਰੇ ਹਾਂ ਮੈਂ ਬਿਲਕੁਲ ਠੀਕ ਲੱਗ ਰਹੀ ਆ ਸ਼ਕਲ ਮੇਰੀ ਬੁੱਤੀ ਛੁੱਤੀ ਸਹੀ ਆ ਰਹੀ ਹੈ ਬਿਲਕੁਲ ਤੁਸੀਂ ਨਹੀਂ ਸ਼ਕਲ ਮਾਸਕ ਉੱਪਰ ਕਰ ਲਵਾਂ ਪਿੱਛੇ ਵੀਡੀਓ ਬਣਾਣੇ ਸੇ ਲੋਗ ਆਏਗੇ ਸਨ ਇਸ ਮਾਰੇ ਅੱਗੇ ਚਲੋ ਅੱਗੇ ਚਲੋ ਤੇ ਤੱਕਨੇ ਆਈ ਕੋਰ ਸੂਟ ਐ ਮੈਰੂਨ ਆ ਸੂਟ ਬਾਹਰ ਬਾਹਰ ਆਈ ਲੈ ਡਿਜ਼ਾਈਨ ਨਿਕਾਲ 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 ਲਗਾਇਆ ਹੈ ਫਿਰ ਬਾਜ਼ੂ ਅੱਗੇ ਕਰ ਦੇਣਾ ਮੈਂ ਇਸ ਨੂੰ ਕਿਹਾ ਵੀ ਕਿ ਮੈਨੂੰ ਐਲਾ ਸਟਾਈਲ ਨਹੀਂ ਪਸੰਦ ਹੈ ਮੈਨੂੰ ਇਹ ਬੱਚਿਆਂ ਬੱਚਿਆਂ ਵਾਲਾ ਸੂਟ ਨਿਕਾਇਆ ਕਰ ਥੋੜੀ ਜੀ ਵੱਡੀ ਜੀ ਆ ਨਾ <laughs> चलो कोई गाल नहीं अगे अग्गे चलने अग्गे तक नहीं कि क्या सूट दिखा रहे अगे भाई आगे प्लीज मुझे कोई और अच्छा सा सूट दिखाएं पीछे से मेरी बहन कह रही है कि ये वाला सूट लूँ कि ना लूँ मैं लै लें ਮੈਂ ਮੇਰੀ ਪੈਂਟ ਮੰਕੀ ਕੈਨਸੀ ਲੈਵੇਂ ਆਪੀ ਲੈ ਲਉ ਦੇਖੋ ਕੀ ਕਰਨਾ ਹੈ ਹੋਰ ਪਿਛੇ ਥੱਕੇਗੀ ਉਹ ਨਦਰੋ ਉਧਰ ਹੱਥ ਮਰਸੀ ਉਧਰ ਹੱਥ ਮਰਸੀ ਆਪਣੇ ਸੂਟਾਂ ਨੀ ਕੁਆਲਿਟੀ ਬਿਆਨ ਕਰਸੀ ਤੇ ਕਹੇ ਕਿ ਐ ਵਾਲਾ ਐ ਵਾਲਾ ਸੂਟ ਮੈਨੂੰ ਨਜ਼ਰ ਆਇਆ ਇਸ ਨਾਲੇ ਡਬਲ ਸ਼ੈੱਲ ਬਣੀ ਹੋਈ ਸੀ ਥੱਲੇ ਮੈਂ ਕਿਹਾ ਚਲ ਲੈ ਰੱਖੀ ਦੇ ਤੂੰ ਸਾਈਡ 'ਚ ਐ ਵਾਲਾ ਵੀ ਮੈਂ ਤੇਰੇ ਕੋਲ ਲੈ ਲਸਾਂ ਅੱਗੇ ਫਿਰ ਆਏ ਆ ਅੱਗੇ ਇੱਕ ਹੋਰ ਇਸ ਨੂੰ ਮੈਂ ਕਿਹਾ ਭਈਆ ਸलाम ਨਲ ਕਰੀ ਐ ਨਾਲ ਨਾਲ ਪਈਆ ਕਿ ਪਤਾ ਨਹੀਂ ਕਿਉਂ ਮੁਸਕਾ ਰਹੇ ਮੈਂ ਮੈਂ ਫਿਰ ਥੱਲੇ ਮਾਸਕ ਥੋੜਾ ਜਿਹਾ ਗਰਨ ਲੰਗੀ ਸਾ ਇਸ ਟੂਲ ਮੈਂ ਦਿੱਤਾ ਆਪਣੇ ਭੈਣ ਨੂੰ ਅੱਗੇ ਮੈਂ ਕਿਹਾ ਚਲ ਮਾਸਕ थल्ले मेरी शक्ल थोड़ी सी खजी नजर आई लेकिन मेरे को नहीं इतना कोई मेकअप शेकअप नहीं किया यार मुंह बिल्कुल छुपा सा होंट मेरे खुशक हो गई जिस तक ऊन बोलने पे खुशक हो गए आगे चलो तो तकनी आगे के मैं निजाम अगे कोटा रहे कला सूट पावे जो लग दी हाँ ककने हाँ ना मैं सोचा सूट लावा पता नहीं बाजू एच करके क्यों पैया रखना वे मैं क्या नंगी बाजू मन थलो नजर आ चाहिए अवाम मेरे कैसे किए मर गया क्या सूट पहन लिया भी मैं चलो कोई गल कोई गल नी अगे अगे तकनी के बनना वे अगे आते फिर सूट इसने मैं क्वालिटी कपड़ा शपड़ा चेक कर रही सो कि अपनी खूबी बयान कर रहे इस सूट खुद बटन शटन लगे हुए अगर तीन चार बटन लगे हुए सन मैं अगे अगे थक रही हूँ सूट दिखाओ भाई ओ भाई क्वालिटी बयान कर रहा कि इस तरह के सूट आगे पूरे बाजार में कहीं पर नहीं मिलेगा जिस तरह के सारा कुछ थक गया थक गया तो सिर त हाथ मार रहे मारे पता नहीं लैसी भी कि नहीं लैसी भाई लैसा तेरे को सारे सूट मैं ही लैने वन अगे अगे चल ਅੱਗੇ ਅੱਗੇ ਚੱਲਣ ਲੱਗਾ ਤੇ ਫਿਰ ਕਹਿੰਦਾ ਕਿ ਐ ਮੈਂ ਪਿੱਛੇ ਮੁੜੂ ਜਾਂ ਮੈਂ ਕਿਹਾ ਹਾਂ ਤੂੰ ਬਾਈ ਇਹ ਸੂਟ ਲੂੰ ਕਿ ਨੂੰ ਨੂੰ ਮੈਂ ਆਪਣੀ ਸਹੇਲੀ ਨੂੰ ਭੈਣ ਨੂੰ ਪੁੱਛਿਆ ਮੈਂ ਸਹੇਲੀ ਕਹਿ ਲੈਂਗੀ ਸਾਂ ਫਿਰ ਮੈਂ ਸੋਚਿਆ ਕਿ ਐ ਸੂਟ ਡਿਸਾਈਡ ਕਰ ਲੈਵਾਂ ਹਾਂ ਬੰਦਾ ਕਹਿੰਦਾ ਚੱਲ ਗਿਆ ਡਿਸਾਈਡ ਹੋ ਗਿਆ ਆਪਾਂ ਸੂਟ ਮੈਂ ਕਿਹਾ ਨੰਬਰ ਇਸ ਨਾਲ ਤੇ ਕਾ ਨੰਬਰ ਕਿਹੜਾ ਵੇ 34 ਨੰਬਰ ਮਨ ਚਾਹੀਏ ਵੇ ਤੇਰੇ ਕੋਲ 34 ਨੰਬਰ ਹੈ ਵੇ ਕਿ ਨਹੀਂ ਹੈ ਵੇ ਕਹਿੰਦਾ ਹਾਂ ਜੀ ਹੈ 34 ਨੰਬਰ ਹਮਾਰੇ ਪਾਸ ਹੈ ਬਾਜ਼ੂ ਚੈੱਕ ਕਰ ਰਹੀ ਸਾਂ ਅੱਗੇ ਮਰੀਮ ਤੂੰ ਕਿੰਨੀ ਸਲੋ ਵੇ ਐਸੇ ਤੂੰ ਕਿੰਨੀ ਸੂਟ ਆਰਾਮ ਆਰਾਮ ਨਾਲ ਤੂੰ ਲੈਣੀ ਵੇ ਚੱਲ ਚੱਲ ਕੋਈ ਗੱਲ ਨਹੀਂ ਆਰਾਮ ਆਰਾਮ ਨਾਲ ਲੈਣੀ ਹੈ ਤੇ ਲੈਣੀ ਤੇ ਐਵੇਂ ਨਾ ਪਜਾਮਾ ਤੇ ਕਾ ਲਾਂਗੇ ਪਜਾਮਾ ਮੈਨੂੰ ਸਹੀ ਲੱਗਿਆ ਪਜਾਮਾ ऊपर थले जे थोड़ा सा काम होया सी ऐ सो मैं सूट लेवा कि ना लेवा आवाम मैं अपनी कुल तुसा कुल पूछ रही हां हां ले लेवा कि ना हां ले 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 मेरी आवाम मैंने कहनी के मेरे ले 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 ले, ले 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 ते मैं फिर ले लेता सूट आगे चलने हैं ऐ सूट पे साइड चुरा रखया मां उन्हें बची वाला सूट में साइड च रख देता उन आगे आया नीला सूट बहुत देर लगी बहुत देर लगी बहुत देर लगी ऐ नीली आई फ्रॉक ਫਰਾਕ ਨੂੰ ਇਸ ਮੈਨੂੰ ਕਿਹਾਂ ਸਿੱਧਕਾ ਮਰ ਗਰ ਮੈਨੂੰ ਫਰਾਕ ਜਿਹੜੀ ਮੈਨੂੰ ਉਪਰੋਂ ਥੋੜੀ ਜਿਹੀ ਤੰਗ ਲੱਗੀ ਆ ਤੇ ਮੈਂ ਮੋਟੀ ਤੁਸਨ ਮੋਟੀ ਨਜ਼ਰ ਨਹੀਂ ਆਣੀ ਲੇਕਿਨ ਮੈਂ ਥੋੜੀ ਜਿਹੀ ਮੋਟੀ ਆ ਇਸ ਵਜ੍ਹਾ ਤੋਂ ਇਹ ਵਾਲੀ ਫਰਾਕ ਮੈਨੂੰ ਬੜੀ ਅੱਛੀ ਲੱਗੀ ਸੀ ਲੇਕਿਨ ਮੈਨੂੰ ਪਸੰਦ ਆਤੀ ਸੀ ਲੇਕਿਨ ਮੈਨੂੰ ਪੂਰੀ ਨਹੀਂ ਆਈ